ਜਿਹੜਾ ਅਸੀਂ ਬੰਦਾ ਚੁਣਿਆ ਹੈਗਾ ਵੀ ਹੁਣ ਕਸਮ ਚੁੱਕੂਗਾ ਤੇ ਖੁਸ਼ੀ ਹੋਣੀ ਆ। ਕਿਸ ਤਰ੍ਹਾਂ ਦਾ ਉਦਾਂ ਪਿੰਡ ਪੱਧਰ ਦੇ ਉੱਤੇ ਕਿੱਦਾਂ ਦਾ ਮਾਹੌਲ ਹੈ, ਕਿੱਦਾਂ ਦਾ ਸਹਿਯੋਗ ਰਿਹਾ ਇਲੈਕਸ਼ਨ ਦੇ ਵਿੱਚ? ਬਹੁਤ ਵਧੀਆ, ਪੂਰੀ ਦੁਨੀਆ ਹੀ ਉਹਦੇ ਵੱਲ, ਮਤਲਬ ਸਾਲ ਵੱਲੋਂ ਵੀ 95% ਦੁਨੀਆ ਉਹਦੇ ਵੱਲ ਹੋ ਗਈ। ਉਹ ਦੋ ਚਾਰ ਬੰਦੇ ਹੁੰਦੇ ਆ ਪਿੰਡਾਂ 'ਚ ਵੀ ਸਾਰੇ ਵੱਧ ਘੱਟ, ਬਾਕੀ ਬਿਲਕੁਲ ਸਹੀ ਹੈ, ਸਾਰੀ ਦੁਨੀਆ ਹੀ ਖੁਸ਼। ਕੀ ਲੱਗਦਾ ਹੈਗਾ ਕਿ ਐਡਾ ਵੱਡਾ ਫਤਵਾ 2 ਲੱਖ ਕਰੀਬ ਪੰਜਾਬ ਭਰ ਦੇ ਵਿੱਚ ਸਭ ਤੋਂ ਟੌਪ ਵੋਟਾਂ ਰਹੀਆਂ ਮਾਰਜਨ ਦਾ, ਹਾਂਜੀ, ਔਰ ਫਿਰ ਵੀ ਜਿਹੜਾ ਹੈਗਾ ਲੇਟ ਕਿਤੇ ਨਾ ਕਿਤੇ ਹੋਏ ਹੋ ਸਹੁੰ ਚੁੱਕ ਸਮਾਗਮ ਦੇ? ਉਹ ਹੁਣ ਗੌਰਮੈਂਟ ਦਾ ਨਾ ਜਿੱਦਾਂ ਉਹਨੂੰ NSA ਲੱਗੀ ਆ ਤੇ ਹੁਣ ਜਿੱਦਾਂ ਚਿਰ ਉਹਨੂੰ ਲਿਆਉਣਗੇ ਫਿਰ ਹੀ ਸਹੁੰ ਚੁੱਕੋ ਅੰਦਰੋਂ। ਜਿਹੜਾ ਬੰਦਾ ਜੇਲ੍ਹ 'ਚ ਤਾੜਿਆ ਉਹ ਜਿੱਦਾਂ ਥੋੜ੍ਹਾ ਹੁਣ ਆਪਣੀ ਮਰਜ਼ੀ ਨਾਲ ਤਾਂ ਆ ਨਹੀਂ ਸਕਦਾ, ਹੁਣ ਉਹ ਜਿੱਦਾਂ ਉਹਨਾਂ ਨੇ ਹੁਣ ਕਾਰਵਾਈ ਕੀਤੀ ਆ ਕੋਰਟ ਦੇ ਥਰੂ, ਹੁਣ ਉਹਨਾਂ ਨੂੰ ਮਨਜ਼ੂਰੀ ਮਿਲੀ ਆ ਤੇ ਫਿਰ ਆਉਣਾ ਹੁਣ ਆਪਣਾ ਸਹੁੰ ਚੁੱਕ ਸਮਾਗਮ ਦਾ ਜਿੱਦਾਂ ਵੀ ਹੋਣਾ ਕਰਨਗੇ। ਪਿੰਡ ਵਾਸੀ ਹੋਣ ਨਾਤੇ ਜਾਂ ਫਿਰ ਹਲਕੇ ਦੇ ਵਾਸੀ ਹੋਣ ਨਾਤੇ ਕਿਵੇਂ ਦੇਖਦੇ ਹੋ ਕਿ ਹੁਣ ਜਦੋਂ ਸਹੁੰ ਚੁੱਕ ਸਮਾਗਮ ਹੋ ਜਾਂਦਾ ਹੈਗਾ, ਕਿਉਂਕਿ ਸੰਵਿਧਾਨ ਦੀ ਸਹੁੰ ਖਾਲੀ ਤੇ ਕਿਤੇ ਨਾ ਕਿਤੇ ਲੋਕਾਂ ਦੇ ਵੀ ਕੁਛ ਆਸਾਂ ਹੁੰਦੀਆਂ ਨੇ, ਉਮੀਦਾਂ ਹੁੰਦੀਆਂ ਨੇ ਆਪਣੇ ਹਲਕੇ ਦੇ ਕੰਮਾਂ ਨੂੰ ਲੈ ਕੇ ਹੁੰਦੀਆਂ ਨੇ, ਹਾਂਜੀ ਹਾਂਜੀ, ਤੇ ਰਾਹਤ ਮਿਲਣੀ ਚਾਹੀਦੀ ਹੈਗੀ ਆਪਾਂ? ਦੇਖੋ ਇਹ ਤਾਂ ਜਦੋਂ ਸੰਵਿਧਾਨ, ਅਸੀਂ ਜਦੋਂ ਅਸੀਂ ਸੰਵਿਧਾਨ ਨੂੰ ਮੰਨਦੇ ਹਾਂ ਵੀ ਇਹਦੇ ਮੁਤਾਬਕ ਅਸੀਂ ਸਹੁੰ ਆਪਣਾ ਇਲੈਕਸ਼ਨ ਲੜੀ, ਉਦੋਂ ਵੀ ਆਪਾਂ ਕਾਗਜ਼ਾਂ ਦੇ ਵਿੱਚ ਵੀ ਸਾਈਨ ਕਰਕੇ ਦਿੰਦੇ ਹਾਂ, ਹੁਣ ਅਗਲੇ ਨੇ ਸਹੁੰ ਵੀ ਖਾ ਲਈ ਤੇ ਫਿਰ ਤੋਂ ਇਹਨਾਂ ਦਾ ਮਤਲਬ ਇਹ ਜ਼ਿਆਦਤੀ ਹੈ ਕਿ ਜੇ ਉਹਨੂੰ ਨਾ ਛੱਡਣ ਤੇ ਛੱਡਣਾ ਚਾਹੀਦਾ ਵਾ ਵੀ ਜਦੋਂ ਅਗਲਾ ਸੰਵਿਧਾਨ ਨੂੰ ਮੰਨ ਰਿਹਾ ਹੈ ਨਾ, ਤੇ ਫਿਰ ਉਹ ਇਹ ਤੇ ਹੁਣ ਗੌਰਮੈਂਟ ਦੀਆਂ ਹੁਣ ਤੁਸੀਂ ਦੇਖਿਆ ਹੀ ਆ ਜਿਹੜੇ ਕਦੋਂ ਦੇ ਜਦੋਂ ਦੀ ਉਹਨਾਂ ਦੀਆਂ ਸਜ਼ਾਵਾਂ ਖਤਮ ਹੋਈਆਂ ਵਾ, ਵੀਹ 15 ਸਾਲ, 20-30 ਸਾਲ ਹੋ ਗਿਆ। ਸਾਡੇ ਪਿੰਡ ਦਾ ਇੱਕ ਹੋਰ ਬੰਦਾ ਵਾ ਉਹ ਗੁਰਦੀਪ ਸਿੰਘ ਖੈੜਾ, ਉਹਦੀ 32-33 ਸਾਲ ਹੋ ਗਈ ਉਹਨੂੰ ਸਜ਼ਾ ਕੱਟੇ ਨੂੰ, ਅੱਜ 12-13 ਸਾਲ ਉੱਪਰ ਹੋ ਗਏ ਆ, 20 ਸਾਲ ਸਜ਼ਾ ਹੋਈ, ਹੁਣ 32 ਸਾਲ ਹੋ ਗਏ ਹਾਲੇ ਵੀ ਨਹੀਂ ਛੱਡ ਰਿਹਾ ਉਹਨੂੰ। ਮਤਲਬ ਇੱਕ ਕਾਨੂੰਨ ਆਪਣੇ ਵਾਸਤੇ ਜੋ ਪੰਜਾਬ ਵਾਸਤੇ ਲਾ ਲਓ ਜਾਂ ਪੰਜਾਬੀਆਂ ਵਾਸਤੇ ਲਾ ਲਓ ਵੱਖਰਾ ਵਾ, ਉਹ ਦੂਜੇ ਹਿੰਦੁਸਤਾਨ ਵਾਸਤੇ ਵੱਖਰਾ, ਫਿਰ ਕਦੇ ਗੱਲ ਗੜਬੜ ਹੋਣ ਡਈ ਆ। ਜੇ ਸਹੀ ਚੱਲਣ ਸਾਰਾ ਸਭ ਨੂੰ ਇੱਕੋ ਜਿਹਾ ਹੱਕ ਦੇਣ, ਹੈਂ ਜਿੱਦਾਂ ਕੱਲ੍ਹ ਉਹ ਬੋਲ ਰਿਹਾ ਸੀਗੇ ਵੀ ਸਾਡਾ ਇੰਨਾ ਪੈਸਾ ਦੱਬ ਕੇ ਤੁਸੀਂ ਬੈਠੇ ਜੇ 6,000 ਕਰੋੜ ਰੁਪਇਆ ਸਾਨੂੰ ਦਿਓ, ਅਸੀਂ ਵੀ ਕੋਈ ਪੰਜਾਬ ਦਾ ਵਿਕਾਸ ਕਰੀਏ, ਅਤੇ ਹੁਣ ਉਹ ਸਹੀ ਬੋਲਦੇ ਆ ਜਿਹੜੇ ਸਾਡੇ ਨੁਮਾਇੰਦੇ ਜਾ ਕੇ ਬੋਲਣ ਡਿਆ, ਅਤੇ ਗਲਤੀ ਆ ਦੂਜੇ ਸਟੇਟਾਂ ਨੂੰ ਫੈਸਿਲਿਟੀ ਮਿਲ ਰਹੀ ਅਤੇ ਸਾਡਿਆਂ ਨੂੰ ਨਹੀਂ ਮਿਲ ਰਹੀ। ਇਹ ਚਾਹੀਦਾ ਚਾਹੀਦਾ ਗੌਰਮੈਂਟ ਨੂੰ ਸਾਰਿਆਂ ਨੂੰ ਇੱਕੋ ਜਿਹਾ ਵਿਹਾਰ ਕਰਨ, ਹੈ ਕਿ ਨਹੀਂ, ਅਤੇ ਫਿਰ ਹੀ ਫਾਇਦਾ ਵਾ। ਕੀ ਨਾਮ ਹੈ ਜੀ? ਨਗਿੰਦਰਪਾਲ ਸਿੰਘ, ਜਾਲੂਪੁਰ ਖੇੜੇ। ਕੱਲ੍ਹ ਨੂੰ ਭਾਈ ਅਮਰਪਾਲ ਸਿੰਘ ਸਹੁੰ ਚੁੱਕਣ ਜਾ ਰਹੇ ਹੈਗੇ ਲੋਕ ਸਭਾ ਦੇ ਵਿੱਚ, ਕਿਵੇਂ ਦੇਖਦੇ? ਬਹੁਤ ਵਧੀਆ ਗੱਲ ਹੈ, ਪਹਿਲਾਂ ਚੁੱਕਣੀ ਚਾਹੀਦੀ ਸੀ ਜਦੋਂ ਜਿੱਤ ਗਏ, ਜੋ ਗੌਰ ਆਪਣਾ ਸੰਗਤ ਨੇ ਲੋਕਾਂ ਨੇ ਉਹਨਾਂ ਨੂੰ ਫਤਵਾ ਦੇ ਦਿੱਤਾ ਪਸੰਦ ਕਰਨ ਡਿਆ, ਤਾਂ ਫਿਰ ਤਾਂ ਸਹੁੰ ਚੁਕਾਉਣੀ ਚਾਹੀਦੀ ਉਹਨੂੰ ਪਹਿਲਾਂ ਹੀ। ਕਿੰਨੀ ਕੁ ਖੁਸ਼ੀ ਹੈਗੀ ਹੈ ਇੱਥੇ ਪਿੰਡ ਦੇ ਵਿੱਚ? ਪਿੰਡ ਸਾਰੇ ਪਿੰਡ ਹੀ ਖੁਸ਼ ਆ, ਪਿੰਡ ਕੇ ਪੂਰਾ ਇਲਾਕਾ ਜਿਨ੍ਹਾਂ ਨੇ ਵੋਟਾਂ ਪਾਈਆਂ ਸਾਰੇ ਖੁਸ਼ ਆ। ਕੀ ਲੱਗਦਾ ਐਡੀ ਵੱਡੀ ਲੀਡ ਸੀਗੀ, 2 ਲੱਖ ਦੀ ਲੀਡ ਹੋਵੇ ਇੰਨਾ ਸਮਾਂ ਜਿਹੜਾ ਸਹੁੰ ਚੁੱਕ ਸਮਾਗਮ ਨੂੰ ਲੱਗੇ? ਇਹ ਇੱਕ ਮਤਲਬ ਮਾੜੀ ਗੱਲ ਹੈ ਗੌਰਮੈਂਟ ਵਾਸਤੇ, ਇੰਨਾ ਚਿਰ ਤਾਂ ਨਹੀਂ ਚੁਕਾਈ ਸਹੁੰ, ਜਿਹੜੀ ਸਹੁੰ ਚੁਕਾਉਣੀ ਚਾਹੀਦੀ ਆ, ਉਹਨੂੰ ਆਪਣਾ ਕੰਮ ਕਰਨਾ ਦੇਣਾ ਚਾਹੀਦਾ, ਮੌਕਾ ਦੇਣਾ ਚਾਹੀਦਾ ਵੀ ਆਪਣਾ ਇਲਾਕੇ ਦਾ ਜਿਹੜੇ ਵਾਸਤੇ ਉਹ ਲੋਕਾਂ ਨੇ ਉਹਨੂੰ ਚੁਣਿਆ ਉਹ ਆਪਣਾ ਕੰਮ ਕਰੇ। ਕੀ ਲੱਗਦਾ ਹੈਗਾ ਕਿਹੜੇ ਕੰਮ ਜਿਹੜੇ ਹੈਗੇ ਮੁੱਖ ਤੌਰ ਦੇ ਉੱਤੇ ਇਸ ਤੁਹਾਡੇ ਪਿੰਡ ਜਾਂ ਇਲਾਕੇ ਦੇ ਨਾਲ ਜੁੜਿਆ ਨੇ, ਕਿਉਂਕਿ 9 ਹਲਕੇ ਉਹ ਤਾਂ ਬਹੁਤ ਵੱਡਾ ਏਰੀਆ, ਵੱਖ ਵੱਖ ਲੋਕਾਂ ਦੇ ਵੱਖ ਵੱਖ ਤਰ੍ਹਾਂ ਦੇ ਕੰਮ ਹੈਗੇ ਆ ਜਾਂ ਲੋੜਾਂ ਹੈਗੀਆਂ ਜਾਂ ਸਮੱਸਿਆਵਾਂ ਹੈਗੀਆਂ, ਪਿੰਡ ਪੱਧਰ ਦੇ ਉੱਤੇ ਹਲਕੇ ਨਾਲ ਜੁੜੇ ਹੋ ਤੁਸੀਂ, ਕਿਵੇਂ ਦੇਖਦੇ ਹੋ? ਪਿੰਡ ਪੱਧਰ ਤਾਂ ਠੀਕ ਠਾਕ ਹੀ ਆ ਵੈਸੇ ਸਾਰਾ ਕੁਛ, ਜੋ ਮਤਲਬ ਦੇਖਣਾ ਧਰਮ ਪ੍ਰਚਾਰ ਕਰ ਰਿਹਾ ਉਹਨੂੰ ਕਰਨ ਦੇਣਾ ਚਾਹੀਦਾ, ਅੰਮ੍ਰਿਤ ਛਕਾ ਰਿਹਾ ਲੋਕਾਂ ਨੂੰ, ਅੰਮ੍ਰਿਤ ਛਕਾਉਣ ਦੇਣਾ ਚਾਹੀਦਾ ਨਸ਼ਿਆਂ ਤੋਂ। ਹੁਣ ਜੇ ਗੌਰਮੈਂਟ ਨਸ਼ੇ ਨਹੀਂ ਬੰਦ ਕਰ ਸਕਦੀ ਤਾਂ ਜੇ ਕੋਈ ਕਰ ਰਿਹਾ ਬੰਦ ਤਾਂ ਕਰਨ, ਗੌਰਮੈਂਟ ਨਾਲ ਮਦਦ ਕਰਨੀ ਚਾਹੀਦੀ ਆ। ਇਹ ਵੋਟਾਂ ਤਾਂ ਲੈਂਦੇ ਆ ਵੀ ਜਦੋਂ ਵੀ ਅਸੀਂ ਨਸ਼ੇ ਬੰਦ ਕਰਾਂਗੇ, ਅਸੀਂ
ਜੋ ਵੀ ਆ ਬੇਅਦਬੀ ਦੇ ਦੇਵਾਂਗੇ, ਜਿਹੜਾ ਹੈਗਾ ਵਾ ਇਨਸਾਫ ਦੇਵਾਂਗੇ। ਔਰ ਆਪ ਨਾਲੇ ਰਾਜਨੀਤੀ ਕਰ ਜਾਂਦੇ, ਮੁੜ ਕੇ ਕੁਛ ਕਰਦੇ ਵੀ ਨਹੀਂ ਹੈਗੇ, ਅਤੇ ਜੇ ਕੋਈ ਕਰਨ ਲੱਗਦਾ ਤਾਂ ਉਹਨੂੰ ਹਟਾ ਦਿੰਦੇ।